महेंद्र सिंह जी कहिंदा मेरी रिश्तेदारी वी किसी सरकार दे बंदे ओह कहिंदा जी साडी भगवंत मान मेरी मासी दा मुंडा गा अच्छा जी हां जी ठीक है हैगा वी आ के हैंगे एक ए तां ਉਹ ਜਾਣਦੇ ਆ ਵੀ ਹੈ ਜਾਂ ਨਹੀਂ ਹੈ ਪਰ ਇਹ ਚੀਜ਼ ਦੇ ਨਾਲ ਇਹ ਧਮਕੀ ਵੀ ਦੇ ਰਿਹਾ ਹੈ ਧਮਕੀ ਦੇ ਨਾਲ ਕਹਿੰਦਾ ਬਹੁਤ ਆਉਂਦੇ ਆ ਅੱਛਾ ਕਹਿੰਦਾ ਹਾਂ ਨੂੰ ਸਾਨੂੰ ਕਹਿੰਦਾ ਚੰਡਿਆ ਲਿਆ 8 ਲੱਖ ਦਾ ਪੈਟ ਰਿਹਾ ਹਾਂਜੀ 11 ਲੱਖ ਰੁਪਏ ਦਾ ਸਮਾਨ ਅੱਜ ਏਜੰਸੀ ਦੇ ਅੰਦਰ ਖੜਾ ਉਹਦੇ ਜ਼ਿੰਮੇਵਾਰ ਕੌਣ ਆ ਅੱਜ 7 ਦਿਨ ਹੋ ਗਏ 4 ਵਾਲੀ ਮਸ਼ੀਨ ਖੜੀ ਨੂੰ ਤੇ ਟਰੈਕਟਰ ਅੰਦਰ ਖੜੇ ਨੂੰ ਉਹਦਾ ਕੌਣ ਜ਼ਿੰਮੇਵਾਰ ਆ ਜੇ ਅੱਜ ਤੁਸੀਂ 4 ਵਾਲੀ ਕੋਈ ਮਸ਼ੀਨ ਪਿੰਡ ਦੇ ਵਿੱਚੋਂ ਪੁੱਛੋ ਵੀ ਕਿੰਨੇ ਪੈਸਿਆਂ 'ਚ ਕਿਰਾਏ 'ਚ ਮਿਲਦੀ ਆ ਠੀਕ ਆ ਤਾਂ ਤੁਹਾਨੂੰ ਪਤਾ ਲੱਗੂ ਇਹ ਬੰਦੇ 20000 ਰੁਪਇਆ ਡੇਲੀ ਘਾਟੇ ਥੱਲੇ ਜਾ ਰਿਹਾ 11 ਲੱਖ ਰੁਪਇਆ ਲਾ ਕੇ ਇੱਕ ਕੰਪਨੀ ਵਾਲਿਆਂ ਦੀ ਨਲਾਇਕੀ ਦੇ ਕਾਰਨ ਉਹ ਟਰੈਕਟਰ ਅੰਦਰ ਖੜਾ ਮਸ਼ੀਨ ਵੀ ਅੰਦਰ ਖੜੀ ਆ 4 ਵਾਲੀ ਠੀਕ ਹੈ ਸਾਰਾ ਨਾ ਲਾਇਆ ਹੋਇਆ ਹਨਾ ਜਾਮ ਕੀਤਾ ਹੋਇਆ ਕੀ ਗੱਲ ਹੋ ਗਈ ਸਾਰੀ ਗੱਲਬਾਤ ਸਾਨੂੰ ਦੱਸੋ ਇਹਦੀ ਗੱਲ ਐ ਆ ਵੀ 1 ਜਨਵਰੀ 26 ਜਨਵਰੀ ਨੂੰ ਹਾਂਜੀ ਇਹ ਟਰੈਕਟਰ ਅਰਜਨ ਲਿਆ ਸੀਗਾ 26 ਜਨਵਰੀ ਐਸੇ ਮਤਲਬ ਹਾਂਜੀ ਹਾਂਜੀ 2022 ਨੂੰ ਠੀਕ ਹੈ ਜੀ ਉਹ ਟਰੈਕਟਰ ਧੂਆ ਮਾਰਨ ਲੱਗ ਗਿਆ ਜੀ ਹਾਂਜੀ 4 ਵਾਲੀ ਮਸ਼ੀਨ ਦੀ ਖਾਤਰ ਲਿਆ ਸੀਗਾ ਠੀਕ ਹੈ ਜੀ ਜਦੋਂ ਧੂਆ ਮਾਰਨ ਲੱਗ ਗਿਆ ਤਾਂ ਦੱਸਿਆ ਵੀ ਟਰੈਕਟਰ 'ਚ ਪ੍ਰੋਬਲਮ ਆ ਗਈ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਹਾਂਜੀ ਮਤਲਬ ਕਿ ਇਹਨੂੰ ਜੀ ਧੂਏ ਦੀ ਕੋਈ ਚੱਕਰ ਨਹੀਂ ਤੁਸੀਂ ਚਲਾਈ ਚੱਲੋ ਜੀ ਉਦੋਂ ਬਾਅਦ ਮਾੜਾ ਮੋਟਾ ਇਹ ਤੇਲ ਤੂਲ ਵਧਾਇਆ ਹੈ ਜੀ ਉਹਦਾ ਹਾਂਜੀ ਉਹਦੇ ਵਿੱਚ ਇੰਨੀ ਕਿ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ ਵੀ ਜਿਹੜੇ ਹੋਰ ਟਰੈਕਟਰ ਸੀਗੇ ਜਿਵੇਂ ਹਾਂਜੀ 4 ਬਣਾਉਂਦੇ ਆ ਇਹ ਕਿੱਲੇ ਦੇ ਮਗਰ 7 ਲੀਟਰ ਤੇਲ ਇਹ ਵੱਧ ਖਾਣ ਲੱਗ ਗਿਆ ਇੱਕ ਮਿੰਟ ਮੈਨੂੰ ਐ ਦੱਸੋ ਵੀ ਟਰੈਕਟਰ ਕਿਹੜਾ ਤੇ ਤੁਹਾਡਾ ਪਿੰਡ ਕਿਹੜਾ ਕਿੱਥੋਂ ਹਨਾ ਇਹ ਸਾਰਾ ਅਰਜਨ ਟਰੈਕਟਰ ਆ ਜੀ ਹਾਂਜੀ ਪਿੰਡ ਸਾਡਾ ਸਹਿਣਾਗਾ ਸਹਿਣਾ ਹਾਂਜੀ ਪਧੌੜ ਕੋਲੇ ਹਾਂਜੀ ਪੱਤੀ ਤੂਤੜਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਹੁਣ ਸਾਰੀ ਦੱਸੋ ਗੱਲਬਾਤ ਗੱਲ ਇਹ ਆ ਜੀ ਵੀ ਜਦੋਂ ਟਰੈਕਟਰ ਧੂਆਂ ਮਾਰਨ ਲੱਗ ਗਿਆ ਨਵੀਂ ਜਦੋਂ ਮਸ਼ੀਨ ਤੇ ਲਾਇਆ ਤਾਂ ਏਜੰਸੀ ਵਾਲਿਆਂ ਨੂੰ ਸੱਦਿਆ ਵੀ ਇਹ ਟਰੈਕਟਰ ਧੂਆਂ ਮਾਰਦਾ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਨਾਰਮਲ ਗੱਲ ਆ ਗਏ ਵੀ ਮਾੜਾ ਮੋਟਾ ਪੰਪ ਪੰਪ ਨੂੰ ਛੇੜਿਆ ਹੈ ਹਾਂਜੀ ਉਦੋਂ ਬਾਅਦ ਐ ਮੰਨ ਕੇ ਚੱਲੋ ਵੀ ਟਰੈਕਟਰ ਇੱਕ ਇਹਨਾਂ ਕੋਲੇ ਹੋਰ ਸੀਗਾ ਹਾਂਜੀ ਤੇ ਉਹ ਟਰੈਕਟਰ ਦੇ ਨਾਲੋਂ ਇਹ 7 ਲੀਟਰ ਕਿੱਲੇ ਦੇ ਤੇਲ ਦੇ ਵੱਧ ਖਾਣ ਲੱਗ ਗਿਆ ਵੱਧ ਖਾਂਦਾ ਜੀ ਸੇਮ ਟਰੈਕਟਰ ਜੀ ਮੰਨ ਕੇ ਚੱਲੋ ਜੇ ਦਿਨ ਰਾਤ ਦੇ ਵਿੱਚ 4 ਕਿੱਲੇ 4 ਦੇ ਪਾਉਂਦੇ ਆ ਤਾਂ 28 ਲੀਟਰ ਤੇਲ ਦੇ ਇਹ ਟਰੈਕਟਰ ਵੱਧ ਖਾਣ ਲੱਗ ਗਿਆ ਅੱਛਾ ਵੱਧ ਖਾਂਦਾ ਹਾਂਜੀ ਠੀਕ ਹੈ ਫਿਰ ਇਹਨਾਂ ਨੂੰ ਏਜੰਸੀ ਵਾਲਿਆਂ ਨੂੰ ਦੱਸਿਆ ਵੀ ਇਹ ਐਂ ਕਰਕੇ ਉਹ ਕਹਿੰਦਾ ਨਹੀਂ ਜੀ ਤੁਸੀਂ ਚਲਾਈ ਚੱਲੋ ਚਲਾਈ ਚੱਲੋ ਹਾਂਜੀ ਉਦੋਂ ਬਾਅਦ ਮੌਸਮ ਖਰਾਬ ਹੋ ਗਿਆ ਮੌਸਮ ਖਰਾਬ ਹੋਣ ਦੇ ਕਾਰਨ ਇਹ 3-4 ਦਿਨ ਜਦੋਂ ਟਰੈਕਟਰ ਖੜਾ ਇਹ ਸੜਕ ਤੇ ਟਰੈਕਟਰ ਨੂੰ ਆਵਾਜਾਈ ਕਰੀ ਗਏ ਹਾਂਜੀ ਉਹਦੇ ਨਾਲ ਕੀ ਹੋਇਆ ਤੇ ਟਰੈਕਟਰ ਨੇ ਜਿਹੜਾ ਤੇਲ ਸੀਗਾ ਡੀਜ਼ਲ ਉਹ ਮਲਾਤਾ ਜੀ ਵਿੱਚ ਇੰਜਣ ਦੇ ਜਦੋਂ ਇਹਨਾਂ ਨੇ ਗੇਜ ਗੂਜ ਕੱਢ ਕੇ ਦੇਖੀ ਤਾਂ ਥੱਲੇ ਸਾਰੀ ਝੱਗ ਬਣੀ ਪਈ ਸੀ ਜਿਵੇਂ ਲੱਸੀ ਬਣਦੀ ਹੁੰਦੀ ਆ ਉਹਦੇ ਵਿੱਚ ਆ ਕੇ ਇਹਨਾਂ ਨੂੰ ਸਾਰੀ ਗੱਲਬਾਤ ਦੱਸੀ ਜਦੋਂ ਸਾਰੀ ਗੱਲਬਾਤ ਦੱਸੀ ਗੱਲਬਾਤ ਸਾਰੀ ਤੈਅ ਵਹਿੰਦੀ ਕਰਕੇ ਇਹ ਪ੍ਰਧਾਨ ਜੀ ਵੀ ਸੀਗੇ ਸਾਡੇ ਅਗਰਾਹਾਂ ਦੇ ਪ੍ਰਧਾਨ ਜੀ ਆ ਤੇ ਉਸ ਮੋਹਤਵਾਰ ਬੰਦੇ ਸੀਗੇ ਸਾਰੇ ਉਹਨਾਂ ਨੇ ਇੱਥੇ ਆ ਕੇ ਇਹ ਗੱਲ ਕਰੀ ਇਹ ਕਹਿੰਦੇ ਵੀ ਅਸੀਂ ਤੁਹਾਡਾ ਪੀਸ ਬਦਲ ਦਿੰਨੇ ਆ ਜੀ 1,85,000 ਰੁਪਇਆ ਦੇ ਕੇ ਅਰਜਨ ਟਰੈਕਟਰ ਵੀ ਤੁਹਾਨੂੰ ਇਹ ਪੀਸ ਮਾੜਾਗਾ ਇਹ ਨਹੀਂ ਸਹੀ ਚੱਲਿਆ ਵੀ ਤੁਹਾਨੂੰ ਵੱਡਾ ਟਰੈਕਟਰ ਦੇ ਦਿੰਨੇ ਆ 1,85,000 ਦੇ ਵਿੱਚ ਗੱਲ ਤੈਅ ਹੋ ਗਈ ਕਿੱਦਣ ਹੋਈ ਸੀ ਗੱਲ ਇਹ ਜੀ ਤੈਅ ਹੋਈ ਆ ਪਰਸੋਂ ਜੀ ਪਰਸੋਂ ਇੱਥੇ ਇਸੇ ਏਜੰਸੀ 'ਚ ਇਹ ਲਿਖਤੀ ਰੂਪ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਸਾਡੇ ਕੋਲੇ ਹੈਗਾ ਉਹ ਤੁਹਾਨੂੰ ਪ੍ਰੂਫ ਦੇ ਦੇਵਾਂਗੇ ਕਿਹਨੇ ਅੰਦਰ ਜਿਹੜਾ ਇਹਨਾਂ ਦਾ ਮੈਨੇਜਰ ਆ ਜੀ ਜਿਹੜਾ ਮਹਿੰਦਰ ਸਿੰਘ ਜੀ ਉਹ ਕਹਿੰਦਾ ਮੇਰੀ ਰਿਸ਼ਤੇਦਾਰੀ ਵੀ ਕਿਸੇ ਸਰਕਾਰ ਦੇ ਬੰਦੇ ਉਹ ਕਹਿੰਦਾ ਜੀ ਸਾਡੀ ਭਗਵੰਤ ਮਾਨ ਮੇਰੀ ਮਾਸੀ ਦਾ ਮੁੰਡਾ ਗਾ ਅੱਛਾ ਜੀ ਹਾਂਜੀ ਠੀਕ ਹੈ ਹੈਗਾ ਵੀ ਆ ਕਿ ਹੈਨਗੇ ਇਹ ਤਾਂ ਉਹ ਜਾਣਦੇ ਆ ਵੀ ਹੈ ਜਾਂ ਨਹੀਂ ਹੈ ਪਰ ਇਹ ਚੀਜ਼ ਦੇ ਨਾਲ ਇਹ ਧਮਕੀ ਵੀ ਦੇ ਰਿਹਾ ਹੈ ਧਮਕੀ ਦੇ ਨਾਲ ਕਹਿੰਦਾ ਬਹੁਤ ਆਉਂਦੇ ਆ ਅੱਛਾ ਕਹਿੰਦਾ ਹਾਂ ਨੂੰ ਸਾਨੂੰ ਕਹਿੰਦਾ ਚੰਡਿਆਂ ਵਾਲੇ ਮਿਲਦੇ ਰਹਿੰਦੇ ਆ ਅੱਛਾ ਚੰਡਿਆਂ ਵਾਲੇ ਮਿਲਦੇ ਰਹਿੰਦੇ ਕੋਈ ਚੱਕਰ ਨਹੀਂ ਕਹਿੰਦਾ ਤੁਸੀਂ ਜ਼ੋਰ ਲਾ ਲਓ ਰਾਤ ਦੇ ਸਸੂ ਸਾਹਿਬ ਵੀ ਸੀਗੇ ਹਾਂਜੀ ਕਹਿੰਦਾ ਮਤਲਬ ਦੰਦਾਂ ਦੇ ਰੇਟ ਨਾਲ ਅੱਛਾ ਹੁਣ ਮੁੱਕਰ ਗਏ ਲਿਖ ਲਿਖਾ ਹੋਇਆ ਗਿਆ ਸਾਰਾ ਇਹ ਜਦੋਂ ਗੱਲਬਾਤ ਹੋਈ ਉਹ ਕਹਿੰਦੇ ਵੀ ਤੜਕੇ 10 ਵਜੇ ਨੂੰ ਤੁਹਾਨੂੰ ਟਰੈਕਟਰ ਮਿਲ ਜੂਗਾ ਹਾਂਜੀ ਰਾਤ ਨੂੰ ਪ੍ਰਸ਼ਾਸਨ ਨੇ ਆ ਕੇ ਇਹ ਧਰਨਾ ਸਮਾਪਤ ਕਰਾਤਾ ਠੀਕ ਹੈ ਜੀ ਹਾਂਜੀ ਰਾਤ 10 ਵਜੇ ਇੱਥੋਂ ਗਏ ਆ ਤੜਕੇ ਫਿਰ 10 ਵਜੇ ਦੇ ਤਾਈਂ ਕੀ 11 ਵਜੇ ਦੇ ਤਾਈਂ ਡੀਕਿਆ ਟਰੈਕਟਰ ਨਹੀਂ ਆਇਆ ਟਰੈਕਟਰ ਨਹੀਂ ਆਇਆ ਹਾਂ ਸਾਫ਼ ਤੌਰ ਤੇ ਇਹ ਮੁੱਕਰ ਗਏ ਜਿਹੜੀ ਇਹਨਾਂ ਦੀ ਲੈਂਗੁਏਜ ਸੀ ਉਹ ਮਾੜੀ ਹੋ ਚੁੱਕੀ ਸੀ ਮਤਲਬ ਹਾਂਜੀ ਕੋਈ ਸਿਸਟਮ ਨਹੀਂ ਸੀ ਇਹਨਾਂ ਦਾ ਬੋਲਣ ਦਾ ਜਾਂ ਬਹਿ ਕੇ ਕੋਈ ਵੀ ਕਿਸੇ ਚੀਜ਼ 'ਚ ਪ੍ਰੋਬਲਮ ਆਉਂਦੀ ਆ ਕੰਪਨੀ ਦਾ ਇੱਕ ਅਧਿਕਾਰ ਹੁੰਦਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਬਿਲਕੁਲ ਜੀ ਜਿੱਦੇ ਸਾਨੂੰ ਕੋਈ ਇਹ ਪੀਸ ਦਿੰਦੇ ਆ ਟਰੈਕਟਰ ਦਾ ਇਹ ਇੰਨਾ ਸਾਨੂੰ ਆਪਦੇ ਮਤਲਬ ਵਿਸ਼ਵਾਸ 'ਚ ਲੈਂਦੇ ਆ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ ਵੀ ਹਰ ਪਰਕ ਅਸੀਂ ਤੁਹਾਡੇ ਨਾਲ ਖੜੇ ਆ ਉਹ ਗੱਲਾਂ ਤੋਂ ਇਹ ਮੁੱਕਰ ਚੁੱਕੇ ਸੀ ਸਾਰਾ ਮੁੱਕਰ ਗਿਆ ਹਾਂਜੀ ਇਹ ਜ਼ਿਮੀਦਾਰਾਂ ਦੇ ਨਾਲ ਇੱਕ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਇਹਨਾਂ ਨੇ 3 ਲੱਖ ਰੁਪਏ ਦੀ ਮਸ਼ੀਨ ਲਈ ਆ ਜਿਹੜੇ ਜ਼ਿਮੀਦਾਰ 8 ਲੱਖ ਰੁਪਏ ਦਾ ਟਰੈਕਟਰ ਲਿਆ 8 ਲੱਖ ਦਾ ਪੈਟ ਰਿਹਾ ਹਾਂਜੀ 11 ਲੱਖ ਰੁਪਏ ਦਾ ਸਮਾਨ ਅੱਜ ਏਜੰਸੀ ਦੇ ਅੰਦਰ ਖੜਾ ਉਹਦੇ ਜ਼ਿੰਮੇਵਾਰ ਕੌਣ ਆ ਅੱਜ 7 ਦਿਨ ਹੋ ਗਏ 4 ਵਾਲੀ ਮਸ਼ੀਨ ਖੜੀ ਨੂੰ ਤੇ ਟਰੈਕਟਰ ਅੰਦਰ ਖੜੇ ਨੂੰ ਉਹਦਾ ਕੌਣ ਜ਼ਿੰਮੇਵਾਰ ਆ
जे अज तुसी चार वाली कोई मशीन पिंड दे विचों पुछो भी किन्ने पैसों च किराए च मिलती आ, ठीक है, तां थोनू पता लगू ये बंदे 20,000 रुपया डेली घाटे थले जा रहे, 11,00,000 रुपया ला के एक कंपनी वाले की नलायकी दे कारण ट्रैक्टर अंदर खड़ा, मशीन भी अंदर खड़ी आ चार वाली, ठीक है, सारा कुछ इन्हां ने अंदर खड़ा, इन्हां दी बहुत वड्डी इह नलायकी आ, इह जिमीदारां दा शोषण करदे आए आ, इह नहीं इदों पहलां तीन ट्रैक्टरां दीआं होर भी कंप्लेंटां आईआं, बिल्कुल ट्रैक्टरां च हरेक नवें ट्रैक्टर च दिक्कत आउंदी आ, कहिंदे जोर नहीं लाउंदा, हांजी ते इह सुनवाई नहीं हुंदी उस विरोध दे विच इह पिंड अन्नू नगर निवासियां नूं जथेबंदियां अन्नू इहदा विरोध कीता गया, ते जिहड़ी इन्हां ने आपदी लिखत करी आ उह ते इह पूरे उतरन दे जिन्ने दिन हो गए मशीन खड़ी नूं ते ट्रैक्टर खड़ी नूं ओहदा मुआवजा किसानां नूं दित्ता जावे, साडी प्रशासन तों मंग आ, उहनां तों भी इह मंग आ, पर उह अधिकारी सुणन नूं तैयार नहीं, जिहड़े एजेंसी दे मैनेजर आ बिल्कुल नहीं सुण रहे, नहीं जी बिल्कुल, जिहड़ी इहनां दी घटिया कारजगारी आ, कोई जिहड़ा गाहक ते कंपनी दा रिश्ता हुंदा इहनां ने 1% भी उह रख्या नहीं, इह बहुत वड्डी इहनां दी नाकामी आ, जे आपां किसे नूं चीज़ दिंदे आ तां उह जिम्मेवारी हुंदी आ अपनी, बिल्कुल जदों आपां लिखती रूप च दिंदे आ वी साडी गरंटी आ, वी जदों लिख लिखा हो गया ट्रैक्टर दा पीस सिलेक्ट करके आ खुद कंपनी च जा के आपदी गड्डी लै के गए आ, आपदा विच तेल पा के आपदा खर्चा करके इक इहनां दे नाल छाल मार के बहि जांदे आ उत्थों सिलेक्ट करके ਉਹ ਪੀਸ ਦਾ ਜਿਹੜਾ ਟਰੈਕਟਰ ਦਾ ਨੰਬਰ ਸੀਗਾ ਟਾਇਰਾਂ ਦਾ ਨੰਬਰ ਸੀ ਬਕਾਇਦਾ ਇਹਨਾਂ ਨੂੰ ਕਿਹਾ ਵੀ ਕੱਲ ਨੂੰ ਤੁਸੀਂ ਸਾਨੂੰ ਕੋਈ ਹੋਰ ਉਹ ਨਾ ਕਹੋ ਆਪਦੇ ਟਰੈਕਟਰ ਦਾ ਹੁਣ ਨੰਬਰ ਹੋਰ ਸਾਰਾ ਕੁਛ ਇਹਨਾਂ ਨੇ ਦੇਖ ਕੇ ਆਪਦੇ ਮੋਬਾਈਲ ਦੇ ਵਿੱਚ ਫੋਟੋਆਂ ਖਿੱਚੀਆਂ ਗਈਆਂ ਤੁਹਾਨੂੰ ਤੜਕੇ ਨੂੰ 10 ਵਜੇ ਨੂੰ ਕਹਿੰਦੇ ਟਰੈਕਟਰ ਆਜੂਗਾ ਪਰ ਅੱਜ ਸ਼ਾਮ ਦੇ 5 ਵਜ ਗਏ ਕੋਈ ਸੁਣਵਾਈ ਨਹੀਂ ਹੋਈ ਕੋਈ ਟਰੈਕਟਰ ਨਹੀਂ ਆਇਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜਾ ਇਹਨਾਂ ਦਾ ਮਾਜਬਾ ਉਹ ਵੀ ਦਵਾਇਆ ਜਾਵੇ ਤੇ ਜਿਵੇਂ ਟਰੈਕਟਰ ਦਾ ਇਹਨਾਂ ਨਾਲ ਗੱਲ ਹੋਈ ਆ ਉਹ ਇਹਨਾਂ ਨੂੰ ਪੀਸ ਮਿਲੇ ਲੱਖ ਰੁਪਇਆ ਲਾ ਕੇ ਕਿਸਾਨ ਨੇ ਇੱਕ ਕਰਜ਼ਾ ਚੱਕ ਕੇ ਕਿਵੇਂ ਕਿਸੇ ਤੋਂ ਫੜੇ ਇਹਨਾਂ ਨੂੰ ਪੈਸੇ ਦਿੱਤੇ ਆ ਤੇ ਉਹਦੀ ਜਿਹੜੀ ਕੋਈ ਉਹਦਾ ਘਾਟਾ ਗਾ ਮਸ਼ੀਨ ਖੜੀ ਦਾ 6 ਦਿਨਾਂ ਦਾ ਉਹ ਇਹਨਾਂ ਤੋਂ ਲਵਾਂਗੇ ਤੇ ਲੈ ਕੇ ਉੱਠਾਂਗੇ ਜੋਰ ਨੀ ਲਾਉਂਦਾ ਸੀ ਮੇਨ ਆਹੀ ਦਿੱਕਤ ਹੁੰਦੀ ਹੈ ਮੰਨ ਲਓ ਲੈ ਕੇ ਗਏ ਇਹਨੂੰ ਆਮ ਆਪਾਂ ਕੀ ਕਰਦੇ ਕੱਦੂ ਕੀਤਾ ਸਿਰਫ ਚੌਲ ਹੀ ਲਾਏ ਸੀ ਉਦੋਂ ਤੱਕ ਇਹ ਮੰਨ ਲਓ ਧੂੰਆਂ ਜਿਹਾ ਦਿਖਾਈ ਜਾਂਦੇ ਚਿੱਟਾ ਬਿਲਕੁਲ ਚੋਕ ਰੇਸ ਤੇ ਅੱਛਾ ਅਸੀਂ ਇਹਨਾਂ ਨੂੰ ਪਹਿਲਾਂ ਕਹੀਗੇ ਵੀ ਧੂੰਆਂ ਮਾਰਦਾ ਕਹਿੰਦੇ 100 ਘੰਟਾ ਚੱਲ ਕੇ ਹਟ ਜੂਗਾ ਹਾਂਜੀ 100 ਘੰਟੇ ਜਿਹੀ ਸਰਵਿਸ ਕਰਾਤੀ ਵੀਰੇ ਕਹਿੰਦੇ ਜੋਰ ਲਵਾਓ ਇਹਨਾਂ ਦੇ ਬੰਦੇ ਜਾ ਕੇ ਰੈਕੋਟ ਆਪਣੀ ਰਿਸ਼ਤੇਰੀ ਉੱਥੇ ਜ਼ਮੀਨ ਰੱਖੀ ਹੋਈ ਜੀ ਉੱਥੇ ਜਾ ਕੇ ਨਾ ਏਜੰਸੀ ਦਾ ਬੰਦਾ ਸਾਰਾ ਕੁਝ ਦੇਖ ਕੇ ਆਏਗਾ ਬਿਲਕੁਲ ਤੇ ਏਜੰਸੀ ਦੇ ਬੰਦੇ ਨੇ ਇਹਨਾਂ ਦੇ ਨੇ ਕਿਹਾ ਸੀ ਸਾਨੂੰ ਕਹਿੰਦਾ ਵੀ ਕੋਈ ਨਾ ਸੈੱਟ ਕਰਤਾ ਤੇਲ ਤੋਂ ਪੰਪ ਜਿਹਾ ਵਧਾਤਾ ਮਾੜਾ ਜਿਹਾ ਕੁਛ ਨਹੀਂ ਕਰਿਆ ਜੀ ਉਦੋਂ ਬਾਅਦ ਤੇ ਫਿਰ ਕਹਿੰਦੇ ਵੀ 500 ਘੰਟੇ ਦੇ ਚ ਹੋ ਜੂਗੀ ਅਸੀਂ 400 ਘੰਟੇ ਦੀ ਸਰਵਿਸ ਕਰਾਤੀ ਵੀ ਚੱਲ ਕੋਈ ਟਰੈਕਟਰ ਜ਼ੋਰ ਤੇ ਚੱਲਦਾ ਪਹਿਲਾਂ ਸਰਵੇ ਕਰਾ ਦਿਓ ਕੀ ਹੋ ਜੂ ਮਾੜੀ ਮੋਟੀ ਗੱਲ ਨਾ ਹਨਾ ਜੀ ਬਿਲਕੁਲ ਤੇ ਫਿਰ ਵੀ ਨੇ ਇਹਨਾਂ ਨੇ ਮੰਨਿਆ ਉਦੋਂ ਬਾਅਦ ਅਸੀਂ ਇਹਨਾਂ ਨੂੰ ਓਵਰ ਕਹਿਤਾ ਵੀ ਹੁਣ ਟਰੈਕਟਰ ਨੁਕਸਾਨ ਕਰੂਗਾ ਬਹੁਤ ਜ਼ਿਆਦਾ ਓਵਰ ਚੱਲਦਾ ਜ਼ੋਰ ਲਾਉਂਦਾ ਕਿਤੇ ਕੁਛ ਕਰਦਾ ਕਿਤੇ ਕੁਛ ਕਰਦਾ ਜੀ ਵੀ ਇਹਦਾ ਹੱਲ ਕਰੋ ਕਹਿੰਦੇ ਕੁਛ ਨਹੀਂ ਦਾ ਸਾਡਾ ਦਾ ਟਰੈਕਟਰ ਚਲਾਈ ਚੱਲੋ ਹਾਂਜੀ ਉਦੋਂ ਬਾਅਦ ਟਰੈਕਟਰ ਦੇ ਪੰਪ ਦੇ ਵਿੱਚੋਂ ਕੁਛ ਪਾਟ ਕੇ ਜੀ ਉਹਨੇ ਮੁਗਲੈਲ ਚਰ ਲਾਤਾ ਅੱਛਾ ਮੁਗਲੈਲ ਤੇ ਉਹ ਸਾਰਾ ਕੁਛ ਵਿੱਚ ਕਲਚੱਪ ਹੋ ਗਿਆ ਨਹੀਂ ਇੰਜਣ ਉਂਜਣ ਵੜਤਾ ਸਾਰਾ ਕੁਛ ਬੇਕਾਰ ਹੋ ਗਿਆ ਕੰਮ ਅਸੀਂ ਨਵਾਂ ਮੁੜ ਕੇ ਦੇਣ ਦੀ ਲਿਖ ਲਿਖਾਈ ਹੋ ਗਈ ਜੀ ਕੰਪਨੀ ਦਾ ਬੰਦਾ ਸਾਡੇ ਨਾਲ ਜਾ ਗਿਆ ਤੇ ਉਹਦੇ ਵਿੱਚੋਂ ਵੀ ਕੁਛ ਸਾਡਾ ਉਹ ਹੋ ਗਿਆ ਜੀ ਮੁੜ ਕੇ ਤੇ ਫੇਰ ਚੱਕਰ ਪਿਆ ਬਾਈ ਆਹ ਚੱਕਰ ਆ ਬਾਈ ਮਹਿੰਦਰਾ ਏਜੰਸੀ ਜਿਹੜੀ ਜਾਂ ਬਿਲਕੁਲ ਸੀਲ ਕਰੀ ਪਈ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਹ ਦੇਖ ਲਓ ਟਰੱਕਾਂ ਵਾਲੇ ਇਧਰੋਂ ਸਪੈਸ਼ਲ ਲੱਗੀ ਹੋਈ ਆ ਟਰੱਕਾਂ ਦੀ ਤੇ ਰਵਾ ਪਈ ਜਾਂਦਾ ਇਹਦੇ ਟਰੈਕਟਰਾਂ ਦਾ ਬਾਕੀ ਸਾਰਿਆਂ ਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਇਧਰੋਂ ਟਰੈਕਟਰਾਂ ਵਾਲਿਆਂ ਤੇ ਟਰੱਕਾਂ ਵਾਲਿਆਂ ਦਾ 4 ਸਵੇਰੇ ਤੇ ਉਹ ਹੈ ਪੈ ਰੋਡ ਜਾਵਾਂ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਅੰਦਰ ਗਿਆ ਹੋਇਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਦੇਖ ਲਓ ਮਹਿੰਦਰਾ ਏਜੰਸੀ ਦੇ ਮੂਹਰੇ ਜਿਹੜਾ ਧਰਨਾ ਲੱਗਿਆ ਹੋਇਆ ਗਾ ਕਹਿੰਦੇ ਜਾਰੀ ਰਹੋ ਜਿੰਨਾ ਚਿਰ ਟਰੈਕਟਰ ਦਾ ਪੀਸ ਆ ਬਦਲ ਕੇ ਨਹੀਂ ਦਿੱਤਾ ਜਾਂਦਾ ਜਾਂ ਟਰੈਕਟਰ ਲੋਡ ਨਹੀਂ ਕਰਾਇਆ ਜਾਂਦਾ ਤੇ ਉਹਨਾਂ ਚਿਰ ਕਿਹੜਾ ਟਰੈਕਟਰ ਉਹ ਨਹੀਂ ਹੁੰਦਾ ਉਹਨਾਂ ਚਿਰ ਧਰਨਾ ਜਿਹੜਾ ਚੱਲੂਗਾ